ਸੀਆਈਏ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਨੇ ਤਿੰਨ ਵਿਅਕਤੀਆਂ ਨੂੰ ਭਾਰੀ ਮਾਤਰਾ ਦੇ ਵਿੱਚ ਅਵੈਧ ਅਸਲੇ ਦੇ ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸਾਡੇ ਨਾਲ ਇਸ ਟਾਈਮ ਮੌਜੂਦ ਹੈ SPD ਸਰਬਜੀਤ ਸਿੰਘ ਵਾਹੀਆ, ਉਹਨਾਂ ਨਾਲ ਗੱਲਬਾਤ। ਸਰ, ਕਿੱਦਾਂ ਗ੍ਰਿਫਤਾਰੀ ਹੋ ਗਈ? ਮਾਨਯੋਗ SSP ਸਾਹਿਬ ਨਵਜੋਤ ਸਿੰਘ ਮਾਲ ਜੀ ਵੱਲੋਂ ਸਪੈਸ਼ਲ ਕਰਫਿਊ ਐਂਡ ਲੋਕਡਾਊਨ ਦੇ ਸੰਬੰਧ ਵਿੱਚ ਸਪੈਸ਼ਲ ਡਿਊਟੀਆਂ ਲਾਈਆਂ ਸੀ ਇੰਸਪੈਕਟਰ CIA ਸ਼ਿਵ ਕੁਮਾਰ ਜੀ ਔਰ ਉਹਨਾਂ ਦੀ ਟੀਮ ਵੱਲੋਂ, ਔਰ ਉਹ ਨਕੋਦਰ ਏਰੀਏ ਦੇ ਵਿੱਚ ਸੀਗੇ ਜਿੱਥੇ ਉਹਨਾਂ ਨੇ ਇੱਕ ਨੌਜਵਾਨ ਨੂੰ ਰੋਕਿਆ ਜਿਹਦਾ ਨਾਂ ਸਨੀ ਸੀਗਾ, ਔਰ ਉਹਦੇ ਤੋਂ 25 ਗ੍ਰਾਮ ਹੀਰੋਇਨ ਮਿਲੀ। ਔਰ ਉਹਦੀ ਫਰਦਰ ਪੁੱਛਗਿੱਛ ਦੇ ਵਿੱਚ ਹੀ ਆਇਆ ਵੀ ਗੁਰਦੀਪ ਸਿੰਘ ਨਾਂ ਦਾ ਹੈਗਾ ਬੰਦਾ, ਜਿਹੜਾ ਮਾਲੜੀ ਪਿੰਡ ਉਹਨੇ ਡੀਪੂ ਖੋਲਿਆ ਹੋਇਆ ਹੈ, ਉਹ ਡੀਪੂ ਦੀ ਆੜ ਦੇ ਵਿੱਚ ਹੀ ਉਹ ਨਸ਼ਾ ਸਪਲਾਈ ਕਰਦਾ। ਜਿੱਦਾਂ ਤੁਸੀਂ ਕਿਹਾ ਡੀਪੂ ਖੋਲਿਆ ਹੋਇਆ, ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ, ਜਿਹਨਾਂ ਦੇ ਡੀਪੂ ਹੈਗੇ ਉਹਨਾਂ ਨੂੰ ਛੂਟ ਦਿੱਤੀ ਹੋਈ ਹੈ। ਛੂਟ ਦੇ ਦੌਰਾਨ ਇਹ ਆਪਣਾ ਜਿਹੜਾ ਕਾਰੋਬਾਰ ਕਰ ਰਿਹਾ ਸੀ? ਬਿਲਕੁਲ ਜੀ, ਇਹ ਜਿਹੜਾ ਗੁਰਦੀਪ ਸਿੰਘ ਇਲੀਅਸ ਬਲੈਤੀਆ, ਇਹਨੂੰ ਮਸ਼ਹੂਰ ਆ ਨਕੋਦਰ ਦੇ ਵਿੱਚ, ਇਹ ਲੜਾਈਆਂ ਝਗੜਿਆਂ ਦੇ ਪਹਿਲਾਂ ਇਹ 'ਤੇ ਪਰਚੇ ਹੈਗੇ ਆ 5, ਔਰ ਇਹਦਾ ਡੀਪੂ ਦੀ ਆੜ ਦੇ ਵਿੱਚ ਹੀ ਜਿੱਥੇ ਲੋਕਾਂ ਨੂੰ ਆਟਾ ਦਿੰਦਾ ਸੀ, ਆਪਣਾ ਸਪਲਾਈ ਹੁੰਦਾ ਐਂਡ ਦਾਲਾਂ ਸਪਲਾਈ ਹੁੰਦੀਆਂ ਸੀ, ਉਹਦੀ ਆੜ ਦੇ ਵਿੱਚ ਹੀ ਇਸਨੇ ਇਹ ਜਿਹੜਾ ਨਸ਼ੇ ਦਾ ਧੰਦਾ ਕਰ ਰਿਹਾ ਸੀਗਾ। ਔਰ ਜਦੋਂ ਇਹਦੇ ਹੁਣ ਘਰ ਦੀ ਸਰਚ ਕੀਤੀ ਤਾਂ ਸਾਨੂੰ ਇੰਸਪੈਕਟਰ CIA ਨੂੰ ਕਾਫੀ ਵੱਡੀ ਮਾਤਰਾ ਵਿੱਚ ਸਾਨੂੰ ਅਸਲਾ ਮਿਲਿਆ, ਜਿਹਦੇ ਵਿੱਚ 38 ਬੋਰ ਦਾ ਰਿਵਾਲਵਰ ਵਿਦ ਰੌਂਦ, 32 ਬੋਰ ਦਾ ਪਿਸਟਲ, 315 ਬੋਰ ਦਾ ਇੱਕ ਦੇਸੀ ਮੇਡ ਪਿਸਟਲ, ਔਰ ਰੌਂਦ ਕਾਫੀ ਮਾਤਰਾ 'ਚ ਮਿਲੇ, 12 ਬੋਰ ਦੇ 50 ਦੇ ਕਰੀਬ ਹੈਗੇ ਆ, 315 ਬੋਰ ਦੇ ਰੌਂਦ ਮਿਲੇ ਆ, ਪਲੱਸ 32 ਬੋਰ ਪਿਸਟਲ ਦੇ ਵੀ 40 ਰੌਂਦ ਮਿਲੇ ਆ। ਪਤਾ ਲੱਗਾ ਇਹਦੇ ਕੋਲ ਵਿਦੇਸ਼ੀ ਕਰੰਸੀ ਅਤੇ ਪਾਸਪੋਰਟ ਵੀ ਮਿਲਿਆ? ਹਾਂ ਬਿਲਕੁਲ, ਇਹ ਕੈਨੇਡੀਅਨ ਸਿਟੀਜ਼ਨ ਹੈਗਾ ਆ, ਉਹਦੀ ਵੀ ਅਸੀਂ ਅੱਗੇ ਇਨਫੋਰਮੇਸ਼ਨ ਦੇਵਾਂਗੇ ਅੰਬੈਸੀ ਨੂੰ, ਕਿਉਂਕਿ ਇਹ 'ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਔਲਰੇਡੀ, ਉਹਨਾਂ ਦੇ ਰਿਕਾਰਡ 'ਚ ਬੋਲਦਾ ਆ ਵੀ ਇਹਨੇ ਕ੍ਰਾਈਮ ਕੀਤਾ ਹੋਇਆ ਇੰਡੀਆ 'ਚ, ਔਰ ਅਸੀਂ ਇਹ ਵੀ ਉਹਨਾਂ ਨੂੰ ਇੰਟੀਮੇਸ਼ਨ ਦੇਵਾਂਗੇ। ਔਰ $3,000 ਇਹਦੇ ਕੋਲ ਮਿਲੇ ਆ, ਜਿਹਦੀ ਕਿ ਇੰਡੀਅਨ ਰੁਪੀਸ ਕਰੀਬ 2 ਲੱਖ ਰੁਪਇਆ ਇਹਦੀ ਕੀਮਤ ਬਣਦੀ ਹੈ। ਜਿੱਦਾਂ ਤੁਸੀਂ ਦੱਸਿਆ ਗੁਰਦੀਪ ਦੇ ਉੱਤੇ 5 ਪਰਚੇ ਦਰਜ ਆ, 5 'ਚੋਂ ਜ਼ਮਾਨਤ 'ਤੇ ਆਇਆ ਜਾਂ ਕੇਸ 'ਚ ਗਿਆ ਹੀ ਨਹੀਂ ਅੰਦਰ? ਨਹੀਂ, ਗਿਆ ਜੇਲ੍ਹ 'ਚੋਂ ਜਾ ਕੇ ਆਇਆ। ਜਿਹੜੀ ਇਹਦੀ ਹੁਣ ਤੱਕ ਦੀ ਇਹ ਦੱਸ ਰਿਹਾ ਵੀ ਇਹਦੇ 4 ਕਹਿੰਦਾ ਮੇਰੇ ਖਤਮ ਹੋ ਗਏ ਆ, ਇੱਕ ਹਾਲੇ ਹੈਗਾ ਅੰਡਰ ਟ੍ਰਾਇਲ ਚੱਲ ਰਿਹਾ ਆ, ਔਰ ਉਹ ਵੀ ਅਸੀਂ ਡਿਟੇਲ ਕੱਢਾਂਗੇ ਵੀ ਉਹ ਕੀ ਸਟੇਜ 'ਚ ਹੈਗੇ ਹਾਲੇ। ਅਤੇ ਗੁਰਦੀਪ ਸਿੰਘ ਕੋਲ ਆਈਸ ਵਗੈਰਾ ਅਤੇ ਫੀਮ ਵਗੈਰਾ ਵੀ ਮਿਲੀ ਹੈ? ਨਹੀਂ, ਇਹਦੇ ਕੋਲ ਆਈਸ ਮਿਲੀ ਆ ਜਿਹੜਾ ਕਿ ਇਹ ਆਪ ਕੰਜ਼ਿਊਮ ਕਰਦਾ, ਔਰ ਹੀਰੋਇਨ ਮਿਲੀ ਆ 100 ਗ੍ਰਾਮ, ਉਹਦੇ ਸੰਬੰਧੀ ਅਸੀਂ FIR ਦਰਜ ਕਰ ਦਿੱਤੀ ਹੈਗੀ ਆ ਔਰ ਇਨਵੈਸਟੀਗੇਸ਼ਨ ਚੱਲ ਰਹੀ ਆ। ਗੁਰਦੀਪ ਸਿੰਘ ਕੋਲ ਇੰਨਾ ਭਾਰੀ ਮਾਤਰਾ 'ਚ ਅਸਲਾ ਮਿਲਿਆ, ਆਈਸ ਮਿਲੀ, ਅਫੀਮ ਮਿਲ ਗਈ ਹੈ, ਕਿਆ ਇਹਨੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ? ਇਹਦੇ ਸੰਬੰਧੀ ਹਾਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਉਂਕਿ ਪਹਿਲਾਂ ਜਿਹੜੇ ਇਹਦੇ ਸੰਬੰਧ ਸੀਗੇ ਗੈਂਗਸਟਰਾਂ ਨਾਲ ਸੀਗੇ, ਜਿਹੜੇ ਸਾਡੇ ਲੋਕਲ ਏਰੀਏ ਦੇ ਸੀਗੇ ਬੰਦੇ, ਉਹਨਾਂ ਨਾਲ ਸੀਗੇ, ਕੁਛ ਉਹਨਾਂ ਵਿੱਚੋਂ ਬਾਹਰ ਚਲ ਗਿਆ, ਕਿਸੇ ਦੀ ਡੈਥ ਹੋ ਗਈ ਹੈ, ਪਰੰਤੂ ਇਹਦੇ ਸੰਬੰਧ ਹੈਗੇ ਆ। ਹੁਣ ਉਹੀ ਅਸੀਂ ਰਿਮਾਂਡ ਮਿਲ ਲਿਆ ਸੀ ਇਹਦਾ 3 ਦਿਨ ਦਾ, ਉਹ ਪੁੱਛਗਿੱਛ ਦੌਰਾਨ ਹੀ ਬਾਕੀ ਗੱਲਾਂ ਸਾਨੂੰ ਦੱਸ ਸਕਦੇ। ਅਤੇ ਤੀਸਰੇ ਬੰਦੇ ਕੋਲ ਕੀ ਬਰਾਮਦੀ ਹੋਈ ਹੈ ਅਤੇ ਗੱਡੀ ਕਿਹਦੀ ਹੈ? ਇਹ ਗੱਡੀ ਉਹਦੀ ਗੁਰਦੀਪ ਸਿੰਘ ਦੀ ਹੈਗੀ ਆ, ਔਰ ਤੀਸਰੇ ਤੋਂ ਜਿਹੜਾ ਇਹਦਾ ਹੀ ਸਾਥੀ ਸੀਗਾ ਜਿਹਨੇ ਉਹਨੂੰ ਇਹਨੇ ਪਿਸਟਲ ਦਿੱਤਾ ਹੋਇਆ ਸੀਗਾ, ਜਿਹੜਾ 32 ਬੋਰ ਦਾ ਪਿਸਟਲ ਮਿਲਿਆ ਉਹ ਤੀਸਰੇ ਬੰਦੇ ਤੋਂ ਮਿਲਿਆ। ਇਹਨਾਂ ਦੇ ਲਿੰਕ ਕਿੱਦਾਂ ਬਣ ਗਏ ਆਪਸ ਦੇ ਵਿੱਚ? 3 ਬੰਦਿਆਂ ਕੋਲ ਇੰਨਾ ਸਮਾਨ ਬਰਾਮਦ ਹੋ ਗਿਆ, ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ? ਹੋ ਸਕਦਾ ਕਰਫਿਊ ਦੇ ਕਾਰਨ ਰੁਕੇ ਹੋਣ? ਨਹੀਂ, ਇਹ ਹਾਲੇ ਇਨਵੈਸਟੀਗੇਸ਼ਨ ਦਾ ਸਾਡੇ ਪਾਰਟ ਹੈਗਾ ਆ, ਅਸੀਂ ਥੋਰੋਲੀ ਇਨਵੈਸਟੀਗੇਟ ਕਰਾਂਗੇ ਔਰ ਇੰਟੈਰੋਗੇਟ ਵੀ ਕਰਾਂਗੇ ਵੀ ਇਹਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਜਾਂ ਕੋਈ ਹੋਰ ਇਹਨਾਂ ਦੇ ਸਾਥੀ ਕਿਹੜੇ ਕਿਹੜੇ ਹੈਗੇ ਆ, ਉਹ ਸਾਡੇ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਫਿਲਹਾਲ ਪੁਲਿਸ ਨੇ 3 ਵਿਅਕਤੀਆਂ ਨੂੰ ਰਿਮਾਂਡ 'ਤੇ ਲੈ ਲਿੱਤਾ ਹੈਗਾ। ਰਿਮਾਂਡ ਦੇ ਦੌਰਾਨ ਇਹ ਪਤਾ ਕੀਤਾ ਜਾਏਗਾ ਕਿ ਇਹਨਾਂ ਦੇ ਹੋਰ ਕਿਹੜੇ ਸਾਥੀ ਆ, ਤਾਂ ਕਿ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ। ਕੈਮਰਾਮੈਨ ਜਤਿੰਦਰ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ TV ਜਲੰਧਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।